ਦੀ ਹੈਲਥ ਡਿਪਾਰਟਮੈਂਟ ਹੇਅਰ ਇਨ ਦਾ ਡਿਸਟ੍ਰਿਕਟ ਸਰ ਜੇ ਤੁਸੀਂ ਅਲਾਓ ਕਰੋ ਤੇ ਉਹਨਾਂ ਨੂੰ ਕੋਈ ਕੰਡੀਸ਼ਨਲ ਇਹੋ ਜਿਹਾ ਕਿਉਂਕਿ ਸਾਨੂੰ ਹੁਣ ਸਟਾਫ ਦੀ ਤਾਂ ਕਮੀ ਹੈ ਸਰ ਤੇ ਕੰਡੀਸ਼ਨਲ ਅਸੀਂ ਕੋਈ ਇਹੋ ਜਿਹਾ ਕਰ ਸਕੀਏ ਤਾਂ ਜਿਹੜਾ ਅਸੀਂ ਉਹਨੂੰ ਲਿਆ ਸਕੀਏ ਸਰ ਸਰ ਸਿੱਧੂ ਸਾਹਿਬ ਨੂੰ ਤੁਹਾਡੇ ਰਾਹੀਂ ਮੈਂ ਕਹਿਣਾ ਚਾਹੁੰਦਾ ਸਰ ਇੱਕ ਤਾਂ ਸਾਡੀਆਂ ਕਿੱਟਾਂ ਨੋ ਡਾਊਟ ਆ ਰਹੀਆਂ ਪਰ ਸਾਨੂੰ ਫਿਰ ਹੋਰ ਵੀ ਚਾਹੀਦੀਆਂ ਕਿਉਂਕਿ ਹੁਣ ਆਊਟਬ੍ਰੇਕ ਹੈ ਸਟਾਰਟਡ ਜੀ ਔਰ ਪ੍ਰਾਈਵੇਟ ਹਸਪੀਟਲ ਸਰ ਇੰਨੇ ਜ਼ਿਆਦਾ ਗੌਰ ਨਾਲ ਨਹੀਂ ਦੇਖ ਰਹੇ ਇਹਨਾਂ ਦਾ ਵੀ ਸ਼ਿਕੰਜਾ ਕੱਸਣਾ ਪਊਗਾ ਸਰ ਸਰ ਇੱਕ ਨਾ ਹਲਕਿਆਂ ਦੇ ਵਿੱਚ ਛੋਟੇ ਛੋਟੇ ਜਿਹੜੇ ਸਾਡੇ ਗਵਰਨਮੈਂਟ ਦੇ ਜਿਹੜੇ ਹੈਗੇ ਆ ਹਸਪੀਟਲ ਕਿਉਂਕਿ ਇਹਦੇ 5 ਬੈੱਡ ਆ ਕਿਤੇ 10 ਬੈੱਡ ਆ ਸਰ ਸਰ ਉੱਥੇ ਸਟਾਫ ਹੈ ਨਹੀਂ ਸਰ ਸਰ ਉਹ ਸਟਾਫ ਹੋ ਜਾਏ ਤਾਂ ਲੋਕਾਂ ਨੂੰ ਦੂਰ ਦੂਰ ਤੱਕ ਨਹੀਂ ਜਾਣਾ ਪਊਗਾ ਸਰ ਸਰ ਮੈਂ ਅਖੀਰ ਚ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸਰ ਐਟ ਦੀ ਐਂਡ ਆਫ ਦਾ ਡੇ ਸਰ ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਉਹ ਹੀ ਕਾਮਯਾਬ ਹੋਇਆ ਸਰ ਜੇ ਆਪਾਂ ਆੜਤੀਆਂ ਦੀ ਗੱਲ ਕਰ ਲਈਏ ਜੀ ਆੜਤੀਆਂ ਨੇ ਹੀ ਅੱਜ ਬਾਂਹ ਫੜੀ ਆ ਸਾਡੀ ਸਰ ਜੇ ਅਸੀਂ ਉਹ ਜਿਹਨੂੰ ਝੋਲਾ ਛਾਪ ਡਾਕਟਰ ਕਹਿੰਦੇ ਹਾਂ ਆਰ ਐਮ ਪੀ ਜੀ ਉਹਨਾਂ ਨੇ ਹੀ ਅੱਜ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਬਾਂਹ ਫੜੀ ਆ ਸਰ ਜਿਹਨਾਂ ਨੂੰ ਆਪਾਂ ਪ੍ਰੈਕਟਿਸ ਹੀ ਨਹੀਂ ਕਰਨ ਦਿੱਤੇ ਸੀਗੇ ਸਰ ਜੇ ਆਪਾਂ ਕਰਿਆਨਿਆਂ ਦੀਆਂ ਛੋਟੀਆਂ ਛੋਟੀਆਂ ਦੁਕਾਨਾਂ ਸੋਚੀਏ ਸਰ ਸਰ ਅੱਜ ਉਹਨਾਂ ਨੇ ਹੀ ਸਾਡੀ ਗੱਲ ਫੜੀ ਹੈ ਸਰ ਇਹ ਪੁਰਾਣੇ ਸਿਸਟਮ ਨੂੰ ਸਾਨੂੰ ਮਜ਼ਬੂਤ ਕਰਨਾ ਪਊਗਾ ਸਰ ਸਰ ਇੰਨਾ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਰ ਜਾਖੜ ਸਾਹਿਬ ਤੁਹਾਡਾ ਵੀ ਸਰ ਮੈਂ ਇਜਾਜ਼ਤ ਦਊਂਗਾ ਜੀ ਥੈਂਕ ਯੂ